ਦੀਵਾਲੀ ਦੀਆਂ ਵਧਾਈਆਂ ਹੋਣ ਬੰਦੀ ਛੋੜ ਦਿਵਸ ਉਹਦੀ ਵੀ ਵਧਾਈ ਹੋਵੇ ਸਿੱਖਾਂ ਨੂੰ ਹਿੰਦੂਆਂ ਨੂੰ ਵਧਾਈ ਹੋਵੇ ਸੋ ਮੁਸਲਮਾਨ ਹੈ ਸੋ ਪਹਿਲੇ ਆਪਾਂ ਇਤਿਹਾਸ ਹੁੰਦੇ ਆ ਕਿ ਦੀਵਾਲੀ ਦਾ ਤੇ ਬੰਦੀ ਛੋੜ ਦਿਵਸ ਦਾ ਕੀ ਤੱਲਕ ਹੈ ਕੀ ਇਤਿਹਾਸ ਹੈ ਸੋ ਪਹਿਲੇ ਵੀਡੀਓ ਦੇ ਦੇ ਆ ਫਿਰ ਆਪਾਂ ਅਗਲ ਬਾਤ ਕਰਦੇ ਫਤਿਹ ਦੀ ਗੂੰਜ ਪੈਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬਾਨਾਂ ਦੇ ਸਮੇਂ 'ਚ ਦੀਵਾਲੀ ਮਨਾਈ ਜਾਂਦੀ ਸੀ ਜਾਂ ਬੰਦੀ ਛੋੜਦੇ ਬਸ ਗੁਰੂ ਸਾਹਿਬਾਨਾਂ ਦੇ ਹੁਕਮਨਾਮਿਆਂ 'ਚ ਇਹਦੇ ਬਾਰੇ ਕੀ ਲਿਖਿਆ ਮਿਲਦਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ 52 ਰਾਜਿਆਂ ਨੂੰ ਰਿਹਾ ਕਰਵਾਉਂਦੇ ਨੇ ਗਵਾਲੀਅਰ ਤੋਂ ਤਾਂ ਸਿੱਧਾ ਉਹ ਗਵਾਲੀਅਰ ਤੋਂ ਅੰਮ੍ਰਿਤਸਰ ਸਾਹਿਬ ਕਿਉਂ ਨਹੀਂ ਆਉਂਦੇ ਜਦੋਂ ਅੰਮ੍ਰਿਤਸਰ ਸਾਹਿਬ ਆਉਂਦੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਉਦੋਂ ਦੀਵਾਲੀ ਨਹੀਂ ਹੁੰਦੀ ਫਿਰ ਅੰਮ੍ਰਿਤਸਰ ਸਾਹਿਬ ਦੀਪਮਾਲਾ ਕਿਉਂ ਕੀਤੀ ਜਾਂਦੀ ਹੈ ਇਦੇ ਪਿੱਛੇ ਦਾ ਕੀ ਇਤਿਹਾਸ ਹੈ ਜਦੋਂ ਦੀਵਾਲੀ ਦਾ ਨਾਮ ਲੈਨੇ ਆਪਾਂ ਤਾਂ ਸਭ ਦੇ ਮਨ 'ਚ ਬੰਦੀ ਛੋੜ ਦਿਵਸ ਤੇ ਦੀਵਾਲੀ ਨੂੰ ਲੈ ਕੇ ਇੱਕ ਕਨਫਿਊਜ਼ਨ ਕ੍ਰੀਏਟ ਹੋ ਜਾਂਦੀ ਆ ਅੱਜ ਆਪਾਂ ਸਾਰੇ ਸਵਾਲਾਂ ਦੇ ਜਵਾਬ ਸਿੱਖ ਇਤਿਹਾਸ ਦੇ ਪੁਰਾਣੇ ਸ਼ਰੋਤਾਂ 'ਚੋਂ ਲੱਭਣ ਦੀ ਕੋਸ਼ਿਸ਼ ਕਰਾਂਗੇ ਹੁਣ ਸ਼ੁਰੂ ਕਰਦੇ ਆਂ ਆਪਾਂ ਦੀਵਾਲੀ ਤੋਂ ਕਿ ਗੁਰੂ ਸਾਹਿਬਾਨਾਂ ਦੇ ਵੇਲੇ ਦੀਵਾਲੀ ਮਨਾਈ ਜਾਂਦੀ ਸੀ ਇਹਦਾ ਜਵਾਬ ਆਪਾਂ ਇਤਿਹਾਸਿਕ ਕਿਤਾਬਾਂ 'ਚੋਂ ਨਹੀਂ ਲੱਭਾਂਗੇ ਆਪਣੇ ਕੋਲ ਗੁਰੂ ਸਾਹਿਬਾਨਾਂ ਦੇ ਹੁਕਮਨਾਮੇ ਉਹਨਾਂ ਦੇ ਹੱਥ ਲਿਖਤ ਹੁਕਮਨਾਮੇ ਵਿੱਚ ਮੌਜੂਦ ਨੇ ਉਹਦੇ 'ਚ ਦਿਵਾਲੀ ਦਾ ਜ਼ਿਕਰ ਆਇਆ ਹੈ ਜਾਂ ਨਹੀਂ ਆਇਆ ਹੈ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਹੁਣ ਬੰਦੀ ਛੋੜ ਦੇ ਵਸਾ ਜਿਹੜਾ ਉਹਦਾ ਸਬੰਧ ਹੈਗਾ ਸਿੱਧਾ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਤੇ ਹੁਕਮਨਾਮੇ ਵੀ ਸਭ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੀ ਲਿਖਨੇ ਸ਼ੁਰੂ ਕੀਤੇ ਸੀਗੇ 10 ਗੁਰੂ ਸਹਿਬਾਨਾਂ 'ਚੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਿਸੇ ਵੀ ਹੁਕਮਨਾਮੇ 'ਚ ਨਾ ਹੀ ਦਿਵਾਲੀ ਦਾ ਜ਼ਿਕਰ ਆਉਂਦਾ ਹੈ ਤੇ ਨਾ ਹੀ ਬੰਦੀ ਛੋੜ ਦੇ ਵਸ ਦਾ ਜ਼ਿਕਰ ਆਉਂਦਾ ਹੈ ਜ਼ਿਕਰ ਹੁੰਦਾ ਹੈ ਦੀਵਾਲੀ ਦਾ ਸਭ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਹੁਕਮਨਾਮਿਆਂ 'ਚ ਹੁਣੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਹੁਕਮਨਾਮਾ ਹੈ ਹੁਣ ਇਹਦੇ 'ਚ ਲਿਖਿਆ ਹੋਇਆ ਹੈ ਕਿ ਸਰਬੱਤ ਸੰਗਤ ਦੀਵਾਲੀ ਨੂੰ ਦਰਸ਼ਨ ਆਵਨਾ ਜੋ ਸਿੱਖ ਦਰਸ਼ਨ ਆਵੇਗਾ ਸੋ ਨਿਹਾਲ ਹੋਏਗਾ ਯਾਨੀ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਹੁਕਮ ਹੈ ਕਿ ਦੀਵਾਲੀ ਵਾਲੇ ਦਿਨ ਸੰਗਤ ਨੇ ਆਉਣਾ ਹੈ ਤੇ ਸਾਡੇ ਦਰਸ਼ਨ ਕਰਨੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਹੋਰ ਹੁਕਮਨਾਮਾ ਮਿਲਦਾ ਹੈ ਉਹਦੇ 'ਚ ਵੀ ਸਾਨੂੰ ਦੀਵਾਲੀ ਦਾ ਹੀ ਜ਼ਿਕਰ ਮਿਲਦਾ ਹੈ ਉਹਦੇ 'ਚ ਗੁਰੂ ਸਾਹਿਬ ਹੁਕਮ ਕਰਦੇ ਨੇ ਕਿ ਸਰਬੱਤ ਸੰਗਤ ਲੈ ਕੇ ਦੀਵਾਲੀ ਨੂੰ ਮਾਤਾ ਜੀ ਪਾਸ ਆਬਣਾ ਮਾਤਾ ਜੀ ਹੁਕਮ ਕਰਨਗੇ ਗੁਰੂ ਦਾ ਹੁਕਮ ਕਰ ਮੰਨਣਾ ਸੰਗਤ ਕੀ ਬੋੜੀ ਹੋ ਗਈ ਇਹਦੇ ਚ ਵੀ ਹੁਣ ਦੀਵਾਲੀ ਦਾ ਹੀ ਜ਼ਿਕਰ ਕੀਤਾ ਹੋਇਆ ਹੈ ਕਿ ਦੀਵਾਲੀ ਤੇ ਸੰਗਤ ਨੇ ਆਉਣਾ ਹੈ ਇਸ ਤੋਂ ਅੱਗੇ ਹੋਰ ਵੀ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹੁਕਮਨਾਮੇ ਮਿਲਦੇ ਨੇ ਤੇ ਸਭ ਚ ਦੀਵਾਲੀ ਦਾ ਜ਼ਿਕਰ ਹੀ ਸਾਨੂੰ ਮਿਲਦਾ ਹੈ ਬੰਦੀ ਛੋੜ ਦਿਵਸ ਦਾ ਜ਼ਿਕਰ ਨਹੀਂ ਮਿਲਦਾ ਇਸ ਤੋਂ ਬਾਅਦ ਹੁਣ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ ਸਾਨੂੰ ਮਿਲਦੇ ਨੇ ਉਹਨਾਂ ਚੋਂ ਅਸੀਂ ਦੇਖਦੇ ਹਾਂ ਕਿ ਦੀਵਾਲੀ ਦਾ ਜ਼ਿਕਰ ਆਉਂਦਾ ਹੈ ਜਾਂ ਬੰਦੀ ਛੋੜ ਦਿਵਸ ਦਾ ਜ਼ਿਕਰ ਆਉਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਹੱਥ ਲਿਖਤ ਹੁਕਮਨਾਮਾ ਇਹਦੇ ਵਿੱਚ ਹੁਕਮ ਕੀਤਾ ਗਿਆ ਹੈ ਕਿ ਸ੍ਰੀ ਗੁਰੂ ਜੀ ਦੀ ਆਗਿਆ ਹੈ ਸਰਬੱਤ ਸੰਗਤ ਸਾਰੰਗ ਦੇਉ ਕੀ ਇਹਦੇ ਵਿੱਚ ਵੀ ਹੁਣ ਲਿਖਿਆ ਹੋਇਆ ਹੈ ਕਿ ਸੰਗਤ ਦੀਵਾਲੀ ਨੂੰ ਦਰਸ਼ਨ ਆਉਣਾ ਇਹਦੇ ਵਿੱਚ ਵੀ ਦੀਵਾਲੀ ਵਾਲੇ ਦਿਨ ਹੀ ਔਨ ਲਈ ਸੰਗਤ ਨੂੰ ਕਿਹਾ ਗਿਆ ਹੈ ਇਸ ਤੋਂ ਬਿਨਾ ਗੁਰੂ ਗੋਬਿੰਦ ਸਿੰਘ ਜੀ ਦੇ ਹੋਰ ਵੀ ਹੁਕਮਨਾਮੇ ਮਿਲਦੇ ਨੇ ਹੁਣ ਇਹਦੇ 'ਚ ਵੀ ਲਿਖਿਆ ਗਿਆ ਹੈ ਕਿ ਦੀਵਾਲੀ ਕੋ ਯਾਨੀ ਕਿ ਦੀਵਾਲੀ ਵਾਲੇ ਦਿਨ ਔਨ ਲਈ ਕਿਹਾ ਗਿਆ ਹੈ ਦੂਸਰਾ ਲਿਖਿਆ ਗਿਆ ਹੈ ਕਿ ਵਿਸੋਏ ਕੋ ਵਿਸੋਏ ਦਾ ਮਤਲਬ ਹੁੰਦਾ ਵਿਸਾਖੀ ਹੁਣ ਇੱਕ ਦੀਵਾਲੀ ਵਾਲੇ ਦੇ ਨਾਂ ਲਈ ਕਿਹਾ ਗਿਆ ਹੈ ਇੱਕ ਵਿਸਾਖੀ ਵਾਲੇ ਦੇ ਨਾਂ ਲਈ ਕਿਹਾ ਗਿਆ ਹੈ ਹੁਣ ਇਹ ਵਿਸਾਖੀ ਤੇ ਦੀਵਾਲੀ ਦਾ ਕੀ ਸੰਬੰਧ ਹੈ ਆਪਸ 'ਚ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਇੱਕ ਹੋਰ ਹੁਕਮਨਾਮਾ ਗੁਰੂ ਗੋਬਿੰਦ ਸਿੰਘ ਜੀ ਦਾ ਮਿਲਦਾ ਹੈ ਇਹਦੇ ਚ ਵੀ ਵਿਸੋਏ ਨੂੰ ਹਜ਼ੂਰ ਲੈ ਕੇ ਦਰਸ਼ਨ ਆਵਣਾ ਮੇਰੀ ਖੁਸ਼ੀ ਹੈ ਹੁਣ ਇਹਦੇ ਚ ਵੀ ਵਿਸਾਖੀ ਵਾਲੇ ਦਿਨ ਆਉਣ ਲਈ ਹੀ ਕਿਹਾ ਸੀ ਹੁਣ ਇੱਕ ਚੀਜ਼ ਤਾਂ ਆਪਾਂ ਨੂੰ ਸਾਫ਼ ਹੋਊਗੀ ਕਿ ਗੁਰੂ ਸਹਿਬਾਨਾ ਵੇਲੇ ਗੁਰੂਕਾਲ ਵੇਲੇ ਦੀਵਾਲੀ ਦਾ ਜ਼ਿਕਰ ਆਪਾਂ ਨੂੰ ਮਿਲਦਾ ਹੈ ਬੰਦੀ ਛੋੜ ਦਿਵਸ ਦਾ ਜ਼ਿਕਰ ਆਪਾਂ ਨੂੰ ਨਹੀਂ ਮਿਲਦਾ ਹੈ ਦੀਵਾਲੀ ਦਾ ਜ਼ਿਕਰ ਹੁਕਮਨਾਮਿਆਂ ਚ ਆਉਣ ਦਾ ਮਤਲਬ ਇਹ ਨਹੀਂ ਹੈ ਕਿ ਗੁਰੂ ਸਾਹਿਬ ਯਾ ਸਿੱਖ ਸੰਗਤ ਦੀਵਾਲੀ ਮਨਾਉਂਦੀ ਸੀ ਯਾਨੀ ਕਿ ਪਟਾਕੇ ਚਲਾਉਂਦੇ ਸੀ ਜਾਂ ਦੀਵੇ ਚਲਾਉਂਦੇ ਸੀ ਦੀਵਾਲੀ ਇੱਕ ਰੈਫਰੈਂਸ ਦੀ ਤਰ੍ਹਾਂ ਵਰਤਿਆ ਗਿਆ ਹੈ ਸਿੱਖ ਇਤਿਹਾਸ ਚ ਕਿਉਂਕਿ ਦੀਵਾਲੀ ਇੱਕ ਵੱਡਾ ਦਿਨ ਸੀ ਕਿਸੇ ਨੂੰ ਯਾਦ ਰੱਖਣ ਦੀ ਲੋੜ ਨਹੀਂ ਸੀ ਪੈਂਦੀ ਜਾਂ ਕੋਈ ਸੌਖੇ ਤਰੀਕੇ ਨਾਲ ਭੁੱਲਣੀ ਸੀ ਜਾਂਦਾ ਉਹਨਾਂ ਨੂੰ ਪਤਾ ਸੀ ਕਿ ਇੱਕ ਵਿਸਾਖੀ ਤੇ ਜਾਣਾ ਹੈ ਸਾਰੀ ਸੰਗਤ ਨੇ ਵੈਸੇ ਤਾਂ ਦੇਖੋ ਸੰਗਤ ਜਾਂਦੀ ਹੀ ਰਹਿੰਦੀ ਸੀ ਗੁਰੂ ਸਹਿਬਾਨਾਂ ਦੇ ਦਰਸ਼ਨ ਕਰਨ ਲਈ ਪਰ ਇਹ ਦੋ ਦਿਨ ਰੱਖੇ ਹੋਏ ਸੀਗੇ ਪੂਰੇ ਸਾਲ 'ਚ ਜਦੋਂ ਸਾਰੀ ਸੰਗਤ ਆ ਕੇ ਗੁਰੂ ਸਹਿਬਾਨਾਂ ਦੇ ਦਰਸ਼ਨ ਕਰਦੀ ਸੀ ਤੇ ਇੱਕ ਭਾਰੀ ਇਕੱਠ ਹੁੰਦਾ ਸੀਗਾ ਤਾਂ ਵਿਸਾਖੀ ਤੇ ਦੀਵਾਲੀ ਇਹ ਦੋ ਦਿਨ ਰੱਖੇ ਹੋਏ ਸੀ ਇੰਨਾ 'ਚ 6 ਮਹੀਨੇ ਦਾ ਗੈਪ ਵੀ ਸੀਗਾ ਤੇ ਇਹ ਦਿਨ ਯਾਦ ਰੱਖਣੇ ਵੀ ਸੌਖੇ ਸੀ ਵਿਸਾਖੀ ਪਹਿਲਾਂ ਤੋਂ ਹੀ ਪ੍ਰਚਲਿਤ ਆ ਤੇ ਦੀਵਾਲੀ ਪਹਿਲਾਂ ਤੋਂ ਹੀ ਪ੍ਰਚਲਿਤ ਆ ਇੱਕ ਵੱਡਾ ਤਿਉਹਾਰ ਆ ਇਸ ਕਰਕੇ ਦੀਵਾਲੀ ਦਾ ਜ਼ਿਕਰ ਹੁਕਮਨਾਮਿਆਂ 'ਚ ਸਾਨੂੰ ਮਿਲਦਾ ਹੈ ਇਹਦਾ ਉਦਾਹਰਨ ਆਪਾਂ ਨੂੰ ਇਹ ਵੀ ਮਿਲ ਜਾਂਦਾ ਹੈ ਕਿ 1699 ਚ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖਾਲਸਾ ਪ੍ਰਗਟ ਕੀਤਾ ਉਹਦੇ ਲਈ ਵੀ ਇਹਨਾਂ ਦੋਨਾਂ ਦਿਨਾਂ ਚੋਂ ਹੀ ਇੱਕ ਦਿਨ ਵਿਸਾਖੀ ਦਾ ਚੁਣਿਆ ਗਿਆ ਹੁਣ ਗੱਲ ਕਰਦੇ ਆਪਾਂ ਬੰਦੀ ਛੋੜ ਦਿਵਸ ਦੀ ਬੰਦੀ ਛੋੜ ਦਿਵਸ ਦਾ ਸੰਬੰਧ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਗਵਾਲੀਅਰ ਦੇ ਕਿਲੇ ਚੋਂ 52 ਰਾਜਿਆਂ ਨੂੰ ਰਿਹਾ ਕਰਵਾਇਆ ਸੀ ਇੱਕ ਪ੍ਰਚਲਿਤ ਇਤਿਹਾਸ ਇਹ ਆ ਕਿ ਜਿਸ ਦਿਨ ਰਿਹਾ ਕਰਵਾਇਆ ਸੀ ਬਵੰਜਾ ਰਾਜਿਆਂ ਨੂੰ ਉਸ ਦਿਨ ਦੀਵਾਲੀ ਸੀ ਉਸ ਤੋਂ ਬਾਅਦ ਇਹ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਗਵਾਲੀਅਰ ਤੋਂ ਅੰਮ੍ਰਿਤਸਰ ਸਾਹਿਬ ਆਏ ਤੇ ਉਸ ਦਿਨ ਦੀਪਮਾਲਾ ਕੀਤੀ ਗਈ ਉਸ ਦਿਨ ਦੀਵਾਲੀ ਸੀ ਪਰ ਇਹ ਪੂਰਾ ਸੱਚ ਨਹੀਂ ਹੈ ਨਾ ਤਾਂ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਤੋਂ ਸਿੱਧਾ ਅੰਮ੍ਰਿਤਸਰ ਸਾਹਿਬ ਆਏ ਤੇ ਨਾ ਹੀ ਜਦੋਂ ਅਮਰਤਸਰ ਸਾਹਿਬ ਪਹੁੰਚੇ ਗੁਰੂ ਹਰਗੋਬਿੰਦ ਸਾਹਿਬ ਉਦੋਂ ਦੀਵਾਲੀ ਸੀ ਤਾਂ ਇਹ ਫਿਰ ਆਪਾਂ ਜਾਣਦੇ ਹਾਂ ਕਿ ਬੰਦੀ ਛੋੜ ਦਿਵਸ ਦਾ ਦੀਵਾਲੀ ਨਾਲ ਕੀ ਸੰਬੰਧ ਹੈ ਹੁਣ ਜੇ ਆਪਾਂ ਦੇਖੀਏ ਗੁਰੂ ਹਰਗੋਬਿੰਦ ਸਾਹਿਬ ਜੀ ਰਿਹਾ ਹੋਏ ਸੀਗੇ ਕੱਤਕ ਦੇ ਮਹੀਨੇ 'ਚ ਤੇ ਦੀਵਾਲੀ ਵੀ ਕੱਤਕ ਦੇ ਮਹੀਨੇ 'ਚ ਹੀ ਆਉਂਦੀ ਆ ਦੀਵਾਲੀ ਹੁੰਦੀ ਆ ਕੱਤਕ ਵਦੀ 30 ਦੀ ਹੁਣ ਰਿਹਾ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ 'ਚੋਂ ਕੱਤਕ ਦੇ ਮਹੀਨੇ 'ਚ ਹੋਏ ਸੀ ਜਿਹੜਾ ਕਿ ਅਕਤੂਬਰ ਤੇ ਨਵੰਬਰ ਚ ਆਉਂਦਾ ਹੈ ਤੇ ਅੰਮ੍ਰਿਤਸਰ ਸਾਹਿਬ ਮਾਰਚ ਚ ਪਹੁੰਚੇ ਸੀ ਤਾਂ ਫਿਰ ਜਿਹੜੇ ਇਹ ਵਿਚ ਦੇ ਮਹੀਨੇ ਨੇ ਗੁਰੂ ਸਾਹਿਬ ਫਿਰ ਗਵਾਲੀਅਰ ਤੋਂ ਕਿੱਥੇ ਗਏ ਤੇ ਕਦੋਂ ਗੁਰੂ ਸਾਹਿਬ ਫਿਰ ਅੰਮ੍ਰਿਤਸਰ ਪਹੁੰਚੇ ਇਹਦੇ ਬਾਰੇ ਆਪਾਂ ਡਿਟੇਲ ਚ ਗੱਲ ਕਰਦੇ ਆਂ ਇਤਿਹਾਸ ਜਦੋਂ ਆਪਾਂ ਪੜ੍ਹਦੇ ਆਂ ਤਾਂ ਆਪਾਂ ਨੂੰ ਇਹ ਪਤਾ ਚੱਲਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਕਿਲੇ ਚੋਂ ਰਿਹਾ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਉਸ ਕਿਲੇ ਦੇ ਦਰੋਗੇ ਹਰੀ RAM ਦੇ ਘਰ ਜਾਂਦੇ ਨੇ ਇਹਦਾ ਜ਼ਿਕਰ ਆਪਾਂ ਨੂੰ ਪਟਵੰਇਆਂ ਚ ਵੀ ਮਿਲਦਾ ਹੈ ਨਾਇਕ ਹਰੀ RAM ਦਰੋਗਾ ਬੇਟਾ ਹਰੀ ਬੰਸਲਾਲ ਕਾ ਅੱਗੇ ਫਿਰ ਉਹਨਾਂ ਦੀ ਪੂਰੀ ਵੰਸ ਦੱਸੀ ਹੋਈ ਆ ਸੰਮਤ 1676 ਕੱਤਕ ਬਦੀ 14 ਕੇ ਦਿਨ ਬੰਦੀ ਛੋਰ ਗੁਰੂ ਹਰਗੋਬਿੰਦ ਜੀ ਕੇ 52 ਰਾਜਿਓ ਕੇ ਬੰਧਨ ਮੁਕਤ ਹੋਏ ਕੇ ਆਨੇ ਕੀ ਖੁਸ਼ੀ ਮੇ ਦੀਪਮਾਲਾ ਕੀ ਸਾਰੀ ਨਗਰੀ ਯਾਨੀ ਕਿ ਗਵਾਲੀਅਰ ਮੇ ਖੁਸ਼ੀਆਂ ਕੇ ਬਾਦਲ ਛਾਏ ਗਏ ਗੁਰੂ ਜੀ ਇੱਕ ਦਿਵਸ ਨਾਇਕ ਹਰੀ ਰਾਮ ਕੇ ਗ੍ਰਹਿ ਮੇ ਨਿਵਾਸ ਕਰਕੇ ਬਦਾਇਗੀ ਲੀ ਰਾਸਤੇ ਕਾ ਪੰਦ ਮੁਕਾਇਂ ਆਗਰੇ ਬਾਦਸ਼ਾਹ ਜਹਾਂਗੀਰ ਕੇ ਪਾਸ ਨਿਵਾਸ ਕੀਆ ਹੁਣ ਇਥੋਂ ਆਪਾਂ ਨੂੰ ਇਹ ਪਤਾ ਚੱਲਦਾ ਹੈ ਕਿ ਸਿੱਧਾ ਗੁਰੂ ਹਰਗੋਬਿੰਦ ਸਾਹਿਬ ਜੀ ਰਿਹਾ ਹੋਣ ਤੋਂ ਬਾਅਦ ਅੰਮ੍ਰਿਤਸਰ ਨਹੀਂ ਗਏ ਜਿਵੇਂ ਕਿ ਇੱਕ ਪ੍ਰਚਲਿਤ ਇਤਿਹਾਸ ਆ ਕੇ ਬੰਦੀ ਛੋੜ ਦੇਵਸਤਾ ਮਨਾਇਆ ਜਾਂਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਬਵੰਜਾ ਰਾਜਿਆਂ ਨੂੰ ਰਿਹਾ ਕਰਾਉਣ ਤੋਂ ਬਾਅਦ ਅੰਮ੍ਰਿਤਸਰ ਆਏ ਪਰ ਇਹ ਵਿੱਚ ਦਾ ਬਹੁਤ ਇੱਕ ਲੰਮਾ ਇਤਿਹਾਸ ਹੈ ਬਹੁਤ ਮਹੀਨਿਆਂ ਦਾ ਇਤਿਹਾਸ ਆ ਫਿਰ ਕਿੱਥੇ ਸੀਗੇ ਗੁਰੂ ਸਾਹਿਬ ਕਿੱਥੇ-ਕਿੱਥੇ ਗਏ ਗੁਰੂ ਸਾਹਿਬ ਸਭ ਤੋਂ ਪਹਿਲਾਂ ਰਹਾ ਹੋਣ ਤੋਂ ਬਾਅਦ ਗਵਾਲੀਅਰ ਚ ਹੀ ਦਰੋਗਾ ਹਰੀ RAM ਦੇ ਘਰੇ ਗਏ ਉੱਥੋਂ ਫਿਰ ਗੁਰੂ ਸਾਹਿਬ ਗਏ ਆਗਰੇ ਬਾਦਸ਼ਾਹ ਜਹਾਂਗੀਰ ਕੋਲ ਬਾਦਸ਼ਾਹ ਜਹਾਂਗੀਰ ਨੇ ਹੀ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਚ ਕੈਦ ਕੀਤਾ ਸੀਗਾ ਇੱਥੇ ਹੁਣ ਆਪਾਂ ਨੂੰ ਜ਼ਿਕਰ ਮਿਲਦਾ ਹੈ ਕਿ ਬਾਦਸ਼ਾਹ ਜਹਾਂਗੀਰ ਦੇ ਨਾਲ ਹੀ ਆਗਰੇ ਤੋਂ ਗੁਰੂ ਸਾਹਿਬ ਜਾਂਦੇ ਨੇ ਕਲਾਨੌਰ ਤੇ ਕਲਾਨੌਰ ਹੀ ਉਹ ਜਗ੍ਹਾ ਹੈ ਜਿੱਥੇ ਰਹਾ ਹੋਣ ਤੋਂ ਬਾਅਦ ਪਹਿਲੀ ਵਾਰ ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਮਿਲਦੇ ਨੇ ਪਟਵੰਇਆਂ ਚ ਇਹਦਾ ਆਪਾਂ ਨੂੰ ਜ਼ਿਕਰ ਮਿਲਦਾ ਹੈ ਗੁਰੂ ਹਰਗੋਬਿੰਦ ਜੀ ਮਹਿਲ ਛਟਮਾ ਬੇਟਾ ਗੁਰੂ ਅਰਜਨ ਜੀ ਦਾ ਗਵਾਲੀਅਰ ਸੇ ਬੰਦਨ ਮੁਕਤ ਹੋਏ ਬਾਦਸ਼ਾਹ ਜਹਾਂਗੀਰ ਕੇ ਗੈਲ ਗਾਮ ਕਲਾਨੌਰ ਪਰਗਨਾ ਬਟਾਲਾ ਮੇ ਆਏ ਸੰਮਤ 1676 ਉਖ ਮਾਸ ਕੀ ਸੰਗRAND ਕੇ ਦੇ ਗੁਰੂ ਜੀ ਦਾ ਆਣਾ ਸੁਣ ਕੇ ਬਾਬਾ ਬੁੱਢਾ ਬਾਬਾ ਬੁੱਢਾ ਜੀ ਉੱਥੇ ਆਏ ਗੁਰਦਾਸ ਬੇਟਾ ਇਸਰਦਾਸ ਦਾ ਭਾਈ ਗੁਰਦਾਸ ਜੀ ਉੱਥੇ ਆਏ ਬੱਲੂ ਭਾਈ ਬੱਲੂ ਜੀ ਉੱਥੇ ਆਏ ਕਾਲ ਜੀ ਦਾਸ ਭਾਈ ਕਾਲ ਜੀ ਉੱਥੇ ਆਏ ਇੱਥੇ ਪਹਿਲੀ ਵਾਰ ਰਹਾ ਹੋਂ ਤੋਂ ਬਾਅਦ ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਮਿਲੇ ਪਰ ਇੱਥੋਂ ਵੀ ਗੁਰੂ ਸਾਹਿਬ ਸਿੱਧਾ ਸਿੱਖਾਂ ਦੇ ਨਾਲ ਅੰਮ੍ਰਿਤਸਰ ਸਾਹਿਬ ਨਹੀਂ ਗਏ ਇੱਥੋਂ ਗੁਰੂ ਸਾਹਿਬ ਜਾਂਦੇ ਨੇ ਬਾਦਸ਼ਾਹ ਜਹਾਂਗੀਰ ਦੇ ਨਾਲ ਕਸ਼ਮੀਰ ਤੇ ਕਸ਼ਮੀਰ ਕਾਫੀ ਸਮਾਂ ਬਿਤਾਉਣ ਤੋਂ ਬਾਅਦ ਗੁਰੂ ਸਾਹਿਬ ਫਿਰ ਵਾਪਸ ਆਉਂਦੇ ਨੇ ਪੰਜਾਬ ਗੋਇੰਦਵਾਲ ਸਾਹਿਬ ਇੱਥੇ ਵੀ ਹੁਣ ਆਪਾਂ ਨੂੰ ਜ਼ਿਕਰ ਮਿਲਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਕਸ਼ਮੀਰ ਤੋਂ ਸਿੱਧਾ ਅੰਮ੍ਰਿਤਸਰ ਸਾਹਿਬ ਨਹੀਂ ਆਉਂਦੇ ਪਹਿਲਾਂ ਉਹ ਗੋਇੰਦਵਾਲ ਸਾਹਿਬ ਜਾਂਦੇ ਨੇ ਮਿਹਰਬਾਨ ਕੋਲ ਜੋ ਪਿਰਥੀਚੰਦ ਦਾ ਪੁੱਤਰ ਸੀ ਕਿਉਂਕਿ ਪਿਰਥੀਚੰਦ ਦੀ ਮੌਤ ਹੋ ਗਈ ਸੀ ਪ੍ਰਥੀ ਚੰਦ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤਾਇਆ ਸੀ ਤੇ ਗੁਰੂ ਅਰਜਨ ਸਾਹਿਬ ਜੀ ਦਾ ਵੱਡਾ ਭਰਾ ਸੀ ਆਪਣੇ ਤਾਇਏ ਦੀ ਮੌਤ ਤੋਂ ਬਾਅਦ ਉਹਦੇ ਪੁੱਤਰ ਨੂੰ ਮਿਲਣ ਗੁਰੂ ਹਰਗੋਬਿੰਦ ਸਾਹਿਬ ਜੀ ਗਏ ਸੀ ਤੇ ਉੱਥੋਂ ਫਿਰ ਉਹਨੂੰ ਨਾਲ ਲੈ ਕੇ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਆਉਂਦੇ ਨੇ ਇੱਥੇ ਹੁਣ ਲਿਖਿਆ ਹੋਇਆ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਿਲ ਛਟਮਾ ਬੇਟਾ ਗੁਰੂ ਅਰਜਨ ਜੀ ਦਾ ਸੰਮਤ 1677 ਬਿਕਰਮੀ ਮਾਗ ਪਹਿਲੀ ਸੰਗਰਾਂਦ ਕੇ ਦਹਿ ਹੇਹਰ ਨਗਰੀ ਸੇ ਚਲ ਹੇਹਰ ਹੁਣ ਇਹਨਾਂ ਦਾ ਪਿੰਡ ਸੀਗਾ ਪ੍ਰਿਥੀ ਚੰਦ ਹੋਣਾ ਦਾ ਉੱਥੋਂ ਚੱਲ ਕੇ ਹੇਹਰ ਨਗਰੀ ਸੇ ਚੱਲ گاਉਂ ਗੁਰੂ ਕਾ ਚੱਕ ਪਰਗਨਾ ਨਿੱਜਰ ਆਲਾ ਆਏ ਗੁਰੂ ਜੀ ਕੇ ਆਨੇ ਕੀ ਖੁਸ਼ੀ ਮੈਂ ਦੀਪਮਾਲਾ ਹੋਈ ਗੁਰੂ ਜੀ ਨੇ ਹਰੇ ਮੰਦਰ ਮੇਂ ਦੀਆ ਬਾਤੀ ਕੀ ਸੇਵਾ ਮਿਹਰਬਾਨ ਕੀ ਲਾਈ ਹੁਣ ਇੱਥੇ ਆਪਾਂ ਨੂੰ ਜ਼ਿਕਰ ਮਿਲਦਾ ਹੈ ਕਿ ਮਾਘ ਦੇ ਮਹੀਨੇ ਚ ਯਾਨੀ ਕਿ ਰਹਾ ਕਤਕ ਚ ਹੋਏ ਸੀ ਅੰਮ੍ਰਿਤਸਰ ਸਾਹਿਬ ਮਾਗ ਚ ਪਹੁੰਚੇ ਮਾਗ ਹੁਣ ਜਨਵਰੀ ਫਰਵਰੀ ਦੇ ਮਹੀਨੇ ਚ ਆਉਂਦਾ ਹੈ ਤੇ ਜਨਵਰੀ ਫਰਵਰੀ ਦੇ ਮਹੀਨੇ ਚ ਕੋਈ ਦੀਵਾਲੀ ਨਹੀਂ ਹੁੰਦੀ ਯਾਨੀ ਕਿ ਇਹ ਤਾਂ ਹੁਣ ਕਲੀਅਰ ਹੋ ਗਿਆ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਆਏ ਉਦੋਂ ਦੀਵਾਲੀ ਨਹੀਂ ਸੀ ਪਰ ਕੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਰਿਹਾਅ ਹੋਏ ਗਵਾਲੀਅਰ ਦੇ ਕਿਲੇ ਚੋਂ ਕਿਉਂਕਿ ਉਹ ਸੇਮ ਮਹੀਨਾ ਹੈ ਕਤਕ ਦੀ ਹੀ ਦੀਵਾਲੀ ਹੁੰਦੀ ਆ ਤੱਕ ਸੁਦੀ ਤੀਦੀ ਤੇ ਕਤਤਕ ਦੀ ਮਸਿਆ ਨੂੰ ਹੀ ਆਪਾਂ ਬੰਦੀ ਛੋੜ ਦੇ ਵਸ ਮਨਾਉਣੇ ਆ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਰਿਹਾਅ ਹੋਏ ਸੀਗੇ ਗਵਾਲੀਅਰ ਦੇ ਕਿਲੇ ਚੋਂ ਉਹ ਦਿਵਾਲੀ ਵਾਲਾ ਦਿਨ ਸੀ ਅੱਡ-ਅੱਡ ਪੁਰਾਤਨ ਇਤਿਹਾਸਕਾਰਾਂ ਦੇ ਮੁਤਾਬਕ ਸਾਡੇ ਕੋਲ 3 ਸਾਲ ਨਿਕਲ ਕੇ ਸਾਹਮਣੇ ਆਉਂਦੇ ਨੇ ਜੋ ਇਤਿਹਾਸਕਾਰ ਮੰਨਦੇ ਨੇ ਕਿ ਇਸ ਸਾਲ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਰਿਹਾਅ ਹੋਏ ਸੀ ਕਈ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ 1612 ਈਸਵੀ ਨੂੰ ਰਿਹਾਅ ਹੋਏ ਸੀ ਕਈਆਂ ਦਾ ਮੰਨਣਾ ਹੈ ਕਿ 1614 ਨੂੰ ਹੋਏ ਸੀ ਤੇ ਕਈਆਂ ਦਾ ਮੰਨਣਾ ਇਹ ਆ ਕਿ 1619 ਨੂੰ ਹੋਏ ਸੀ ਜੋ ਅਪਾ ਪਟਵਈਆਂ ਦਾ ਜ਼ਿਕਰ ਪੜਿਆ ਇਹਦੇ ਚ ਵੀ 1619 ਹੀ ਲਿਖਿਆ ਗਿਆ ਹੈ ਹੁਣ ਦੀਵਾਲੀ ਮਨਾਈ ਜਾਂਦੀ ਹੈ ਕਤਕ ਬਦੀ 30 ਨੂੰ ਤੇ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ ਕਤਕ ਦੀ ਮੱਸਿਆ ਨੂੰ ਹੁਣ ਕਿਉਂਕਿ ਉਸ ਸਮੇਂ ਨਾਨਕਸ਼ਾਹੀ ਕੈਲੰਡਰ ਨਹੀਂ ਹੁੰਦਾ ਸੀ ਉਸ ਸਮੇਂ ਪੰਚਾਂਗ ਦੇ ਹਿਸਾਬ ਨਾਲ ਗ੍ਰਿਹਾਂ ਦੇ ਹਿਸਾਬ ਨਾਲ ਤਾਰਿਆਂ ਦੇ ਹਿਸਾਬ ਨਾਲ ਹੀ ਸਾਰੇ ਤਿਹਾੜ ਇਹਨਾਂ ਦੀਆਂ ਤਰੀਕਾਂ ਕੱਢੀਆਂ ਜਾਂਦੀਆਂ ਸੀ ਤਾਂ ਉਹ ਫਿਰ ਆਪਾਂ ਬੰਦੀ ਛੋੜ ਦਿਵਸ ਦੀ ਤਰੀਕ ਦੇ ਨਾਲ ਉਹ ਦੀਵਾਲੀ ਦੀ ਤਰੀਕ ਉਹਨਾਂ ਸਾਲਾਂ ਦੀ ਜੇ ਮੈਚ ਕਰ ਲਈਏ ਤਾਂ ਆਪਾਂ ਨੂੰ ਪਤਾ ਚਲ ਜਾਏਗਾ ਇੱਕ ਵੱਡਾ ਵਿਸ਼ਾ ਹੈ ਜੇ ਤੁਸੀਂ ਸਿਚਾਉਂਦੇ ਹੋ ਕਿ ਆਪਾਂ ਪਤਾ ਕਰੀਏ ਤਾਂ ਇਹਦੇ ਤੇ ਆਪਾਂ ਅਲੱਗ ਵੀ ਇੱਕ ਵੀਡੀਓ ਬਣਾ ਸਕਦੇ ਹਾਂ ਉਹ ਤੁਸੀਂ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸ ਦਿਓ ਦੂਸਰਾ ਸਵਾਲ ਇਹ ਨਿਕਲ ਕੇ ਆਉਂਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਆਇ ਅਮ੍ਰਿਤਸਰ ਸਾਹਿਬ ਉਦੋਂ ਦੀਪਮਾਲਾ ਕੀਤੀ ਗਈ ਦੀਪਮਾਲਾ ਜਵਾਰਗੀ ਨਹੀਂ ਸੀ ਉਦੋਂ ਦੀਪ ਚਲਾਉਣ ਨੂੰ ਦੀਵੇ ਜਲਾਉਣ ਨੂੰ ਦੀਪਮਾਲਾ ਕਹਿੰਦੇ ਸੀ ਦੀਪਮਾਲਾ ਕੀਤੀ ਗਈ ਦਰਬਾਰ ਸਾਹਿਬ ਚ ਕੀ ਉਸ ਤੋਂ ਬਾਅਦ ਇਹ ਪਰੰਪਰਾ ਜਾਰੀ ਰਹੀ ਕੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਾਅਦ ਜਿਹੜੇ ਚਾਰ ਗੁਰੂ ਸਹਿਬਾਨ ਰਹੇ ਨੇ ਸਾਡੇ ਕੀ ਉਹ ਦਰਬਾਰ ਸਾਹਿਬ ਚ ਦੀਪਮਾਲਾ ਕਰਦੇ ਸੀ ਇਸ ਦਿਨ ਦੀ ਯਾਦ ਚ ਜਾਂ ਫਿਰ ਬੰਦੀ ਛੋੜ ਦੇਵਸ ਮਨਾਇਆ ਜਾਂਦਾ ਸੀ ਇਹਦੇ ਬਾਰੇ ਹੁਣ ਆਪਾਂ ਹੁਕਮਨਾਮੇ ਪੜ ਚੁੱਕੇ ਆ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਸੀਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹੁਕਮਨਾਮਿਆਂ ਚ ਸਾਨੂੰ ਬੰਦੀ ਛੋੜ ਦੇ ਵਸ ਦਾ ਜ਼ਿਕਰ ਨਹੀਂ ਮਿਲਦਾ ਹੈ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਾਅਦ ਜਿਹੜਾ ਦਰਬਾਰ ਸਾਹਿਬ ਦਾ ਪ੍ਰਬੰਧ ਸੀਗਾ ਉਹ ਆ ਗਿਆ ਸੀਗਾ ਪ੍ਰਿਥੀ ਚੰਦ ਦੇ ਵਾਰਸਾਂ ਕੋਲ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਾਅਦ ਗੁਰੂ ਹਰ Rai ਸਾਹਿਬ ਗੁਰੂ ਹਰਕ੍ਰਿਸ਼ਨ ਜੀ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਇਨਾਂ ਦਾ ਕੇਂਦਰੀ ਸਥਾਨ ਦਰਬਾਰ ਸਾਹਿਬ ਨਹੀਂ ਰਹਾ ਪਰ ਸਾਨੂੰ ਇਹ ਜ਼ਿਕਰ ਵੀ ਨਹੀਂ ਮਿਲਦਾ ਹੈ ਕਿ ਪਿਰਥੀ ਚੰਦ ਦੇ ਵਾਰਸਾਂ ਨੇ ਕੋਈ ਇਹ ਦਿਨ ਮਨਾਇਆ ਹੋਵੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਿਹਾਈ ਦੀ ਯਾਦ ਚ ਦੀਵਾਲੀ ਵਾਲੇ ਦਿਨ ਦੀਪਮਾਲਾ ਕੀਤੀ ਹੋਵੇ ਇਹਦਾ ਜ਼ਿਕਰ ਸਾਨੂੰ ਨਹੀਂ ਮਿਲਦਾ ਜੇ ਹੁਣ ਆਪਾਂ ਹੁਕਮਨਾਮੇ ਵੀ ਦੇਖੀਏ ਗੁਰੂ ਤੇਗ ਬਹਾਦਰ ਸਾਹਿਬ ਦੇ ਤਾਂ ਉਹਨਾਂ ਨੇ ਦੀਵਾਲੀ ਵਾਲੇ ਦਿਨ ਸੰਗਤ ਨੂੰ ਆਉਣ ਲਈ ਕਿਹਾ ਹੈ ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਤਾਂ ਦਰਬਾਰ ਸਾਹਿਬ ਉਹਨਾਂ ਦਾ ਕੇਂਦਰੀ ਸਥਾਨ ਹੈ ਹੀ ਨਹੀਂ ਸੀ ਨਾ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਸੀ ਯਾਨੀ ਕਿ ਗੁਰੂ ਤੇਗ ਬਹਾਦਰ ਸਾਹਿਬ ਵੇਲੇ ਸੰਗਤ ਦੀਵਾਲੀ ਵਾਲੇ ਦਿਨ ਜਾਂ ਤਾਂ ਕੀਰਤਪੁਰ ਸਾਹਿਬ ਤੇ ਬਾਅਦ ਚ ਚੱਕ ਨਾਨਕੀ ਜਾਂਦੀ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਸੰਗਤ ਦੀਵਾਲੀ ਵਾਲੇ ਦਿਨ ਫਿਰ ਨੰਦਪੁਰ ਸਾਹਿਬ ਜਾਂਦੀ ਸੀ ਪਰ ਜੇ ਆਪਾਂ ਅੱਜ ਦੀ ਸਦੀ ਦੀ ਗੱਲ ਕਰੀਏ ਤਾਂ ਇੱਕ ਕਹਾਵਤ ਬੜੀ ਮਸ਼ਹੂਰ ਆ ਕਿ ਦਾਲ ਰੋਟੀ ਘਰ ਦੀ ਦਿਵਾਲੀ ਅੰਮ੍ਰਿਤਸਰ ਦੀ ਫਿਰ ਇਹ ਅੰਮ੍ਰਿਤਸਰ ਸਾਹਿਬ ਦੀ ਦਿਵਾਲੀ ਇੰਨੀ ਪ੍ਰਚਲਿਤ ਕਦੋਂ ਹੋਈ ਕਦੋਂ ਸਿੱਖ ਅੱਜ ਦੀ ਤਰ੍ਹਾਂ ਦਿਵਾਲੀ ਮਨਾਉਣ ਲੱਗੇ ਅੰਮ੍ਰਿਤਸਰ ਸਾਹਿਬ ਇਹਦਾ ਵੀ ਇੱਕ ਆਪਣਾ ਹੀ ਇਤਿਹਾਸ ਆ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਜਿਹੜਾ ਸਮਾਂ ਆਇਆ ਸਿੱਖਾਂ ਤੇ ਉਹ ਆਪਾਂ ਸਭ ਜਾਣਦੇ ਆ ਕਿ ਕਿੰਨਾ ਚੁਣੌਤੀਆਂ ਵਾਲਾ ਕਿੰਨਾ ਜੰਗਾਂ ਯੁੱਧਾਂ ਵਾਲਾ ਸਮਾਂ ਸੀਗਾ ਉਹਨਾਂ ਸਮਿਆਂ 'ਚ ਦਰਬਾਰ ਸਾਹਿਬ ਜਾਣ ਦੀ ਪਾਬੰਦੀ ਲਗਾ ਦਿੱਤੀ ਗਈ ਸੀ ਸਿੱਖਾਂ ਤੇ ਸਿੱਖ ਹੀ ਅੰਮ੍ਰਿਤਸਰ ਸਾਹਿਬ ਜਾਣੀ ਸੀ ਸਕਦੇ ਸਿੱਖ ਉੱਥੇ ਜਾ ਕੇ ਮੱਥਾ ਨਹੀਂ ਟੇਕ ਸਕਦੇ ਸੀ ਦਰਬਾਰ ਸਾਹਿਬ ਦੇ ਸਿੱਖ ਦਰਬਾਰ ਸਾਹਿਬ ਦੇ ਸਰੋਵਰ 'ਚ ਇਸ਼ਨਾਨ ਨਹੀਂ ਕਰ ਸਕਦੇ ਸੀ ਐਨਾ ਖੌਫ ਸੀਗਾ ਜਿਹੜੇ ਮੁਗਲ ਸੀ ਉਹਨਾਂ ਨੂੰ ਇਸ ਪਵਿੱਤਰ ਸਥਾਨ ਤੋਂ ਬਾਣੀ ਤੇ ਪਾਣੀ ਤੋਂ ਤੋੜਿਆ ਗਿਆ ਸਿੱਖਾਂ ਨੂੰ ਫਿਰ ਸਮਾਂ ਆਉਂਦਾ ਹੈ ਭਾਈ ਮਨੀ ਸਿੰਘ ਜੀ ਹੋਣਾ ਹੁੰਦਾ ਉਦੋਂ ਪੰਜਾਬ ਦਾ ਜੋ ਕੰਟਰੋਲ ਸੀ ਉਹ ਜ਼ਕਰੀਆ ਖਾਨ ਕੋਲ ਸੀ ਜ਼ਕਰੀਆ ਖਾਨ ਬਾਰੇ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਸਿੱਖਾਂ ਦਾ ਕਿੰਨਾ ਕੱਟੜ ਵੈਰੀ ਸੀ ਜ਼ਕਰੀਆ ਖਾਨ ਭਾਈ ਮਨੀ ਸਿੰਘ ਜੀ ਨੇ ਜ਼ਕਰੀਆ ਖਾਨ ਕੋਲ ਇਹ ਪ੍ਰਸਤਾਵ ਰੱਖਿਆ ਸੀ ਕਿ ਸਿੱਖਾਂ ਨੂੰ ਦੀਵਾਲੀ ਇਸ ਵਾਰ ਦੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਚ ਮਨਾਉਣ ਦੇ ਜ਼ਕਰੀਆ ਖਾਨ ਇਸ ਗੱਲ ਤੇ ਰਾਜ਼ੀ ਵੀ ਹੋ ਗਿਆ ਪਰ ਉਹਦੀ ਇੱਕ ਸ਼ਰਤ ਸੀ ਕਿ ਜੇ ਸਿੱਖਾਂ ਨੇ ਦੀਵਾਲੀ ਤੇ ਇਕੱਠ ਕਰਨਾ ਹੈ ਦਰਬਾਰ ਸਾਹਿਬ ਤਾਂ ਸਿੱਖਾਂ ਨੂੰ 10000 ਜਜ਼ੀਆ ਦੇਣਾ ਪਊਗਾ ਮੈਨੂੰ ਯਾਨੀ ਕਿ ਟੈਕਸ ਦੇਣਾ ਪਊਗਾ ਆਪਣੇ ਹੀ ਗੁਰੂ ਘਰ ਆਉਣ ਦਾ ਭਾਈ ਮਨੀ ਸਿੰਘ ਜੀ ਨੇ ਇਹ ਸ਼ਰਤ ਮੰਨ ਲਈ ਕਈ ਇਤਿਹਾਸਕਾਰ ਇਹ ਲਿਖਦੇ ਨੇ ਕਿ 5000 ਰੁਪਿਆ ਜ਼ਕਰੀਆ ਖਾਨ ਨੂੰ ਐਡਵਾਂਸ ਵੀ ਦੇ ਦਿੱਤਾ ਗਿਆ ਸੀ ਪਰ ਜ਼ਕਰੀਆ ਖਾਨ ਦੇ ਮਨ ਚ ਬੇਈਮਾਨੀ ਸੀ ਜ਼ਕਰੀਆ ਖਾਨ ਨੂੰ ਇਹ ਇੱਕ ਮੌਕਾ ਲੱਭ ਗਿਆ ਸਿੱਖਾਂ ਨੂੰ ਖਤਮ ਕਰਨ ਦਾ ਉਹ ਸਿੱਖ ਜਿਹੜੇ ਜ਼ਕਰੀਆ ਖਾਨ ਦੀਆਂ ਫੌਜਾਂ ਦੇ ਹੱਥ ਹੀ ਨਹੀਂ ਆ ਰਹੇ ਸੀ ਜੋ ਮੁਠੀਕ ਪਰ ਸਿੱਖ ਜੰਗਲਾਂ ਚ ਜ਼ਕਰੀਆ ਖਾਨ ਦੀਆਂ ਫੌਜਾਂ ਨੂੰ ਮਾਰੀ ਜਾ ਰਹੇ ਸੀ ਹੁਣ ਉਹ ਇੱਕ ਜਗ੍ਹਾ ਇਕੱਠੇ ਹੋਣ ਲੱਗੇ ਸੀ ਤੇ ਜ਼ਕਰੀਆ ਖਾਨ ਨੇ ਆਪਣੇ ਇੱਕ دیਵਾਨ ਲਖਪਤ ਰਾਏ ਦੀ ਡਿਊਟੀ ਲਈ ਤੇ ਦਰਬਾਰ ਸਾਹਿਬ ਦੇ ਆਲੇ-ਦੁਆਲੇ ਫੌਜ ਨਾਲ ਘੇਰਾ ਬੰਦੀ ਕਰ ਦਿੱਤੀ ਲੋਕ ਕਿ ਫੌਜ ਬੈਠ ਗਈ ਕਿ ਸਿੱਖ ਜਦੋਂ ਇਕੱਠੇ ਹੋ ਜਾਣ ਦਿਵਾਲੀ ਵਾਲੇ ਦਿਨ ਤਾਂ ਘੇਰਾ ਪਾ ਕੇ ਦਰਬਾਰ ਸਾਹਿਬ ਦੇ ਅੰਦਰ ਹੀ ਸਾਰੇ ਸਿੱਖਾਂ ਨੂੰ ਮਾਰ ਦਿਓ ਤਾਂ ਇਹ ਖਬਰ ਕਿਸੇ ਤਰੀਕੇ ਨਾਲ ਪਹੁੰਚ ਗਈ ਭਾਈ ਮਨੀ ਸਿੰਘ ਜੀ ਕੋਲ ਤੇ ਉਹਨਾਂ ਨੇ ਫਿਰ ਜੋ ਜੰਗਲਾਂ 'ਚ ਬੈਠੇ ਸਿੱਖ ਸੀਗੇ ਜੋ ਜੁਝਾਰੂ ਸਿੱਖ ਸੀਗੇ ਉਹਨਾਂ ਨੂੰ ਇਹ ਖਬਰ ਭੇਜਵਾ ਦਿੱਤੀ ਕਿ ਜ਼ਕਰੀਆ ਖਾਨ ਬੇਈਮਾਨ ਹੋ ਗਿਆ ਹੈ ਕਿ ਦੀਵਾਲੀ ਤੇ ਨਾ ਆਇਓ ਦਰਬਾਰ ਸਾਹਿਬ ਜਦੋਂ ਦੀਵਾਲੀ ਤੇ ਇਕੱਠ ਨਾ ਹੋਇਆ ਤਾਂ ਜ਼ਕਰੀਆ ਖਾਨ ਦਾ ਹੁਣ ਪਲਾਨ ਕੈਨਸਲ ਹੋ ਗਿਆ ਸੀਗਾ ਉਹਦੀ ਸਾਰੀ ਪਲੈਨਿੰਗ ਤੇ ਪਾਣੀ ਫੇਰ ਦਿੱਤਾ ਗਿਆ ਸੀ ਉਹਨੂੰ ਫਿਰ ਗੁੱਸਾ ਆਇਆ ਉਹਨੇ ਫਿਰ ਭਾਈ ਮਨੀ ਸਿੰਘ ਜੀ ਨੂੰ ਅਰੈਸਟ ਕਰਵਾਇਆ ਤੇ ਭਾਈ ਮਨੀ ਸਿੰਘ ਜੀ ਨੂੰ ਕਿਹਾ ਕਿ ਜੋ ਜਜ਼ੀਆ ਦੇਣਾ ਸੀ ਤੁਸੀਂ ਮੈਨੂੰ ਉਹ 20000 ਰੁਪਏ ਭਾਈ ਮਨੀ ਸਿੰਘ ਜੀ ਕਹਿੰਦੇ ਕਿ ਇੱਕ ਤਾਂ ਤੂੰ ਬੇਈਮਾਨੀ ਕੀਤੀ ਐ ਜਦੋਂ ਸਿੱਖ ਆਈ ਹੀ ਨਹੀਂ ਦਰਬਾਰ ਸਾਹਿਬ ਤੈਨੂੰ ਪੈਸੇ ਖਾਦੇ ਦਈਏ ਤਾਂ ਉਸ ਤੋਂ ਬਾਅਦ ਫਿਰ ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ ਗਿਆ ਉਹਨਾਂ ਦੇ ਬੰਦ-ਬੰਦ ਕੱਟ ਕੇ ਸ਼ਹੀਦ ਕਰਨ ਦਾ ਹੁਕਮ ਦਿੱਤਾ ਗਿਆ ਤਾਂ ਇੱਥੇ ਹੁਕਮਰਾਨਾਂ ਨੇ ਉਹ ਜ਼ਾਲਿਮਾਂ ਨੇ ਸਿੱਖਾਂ ਨੂੰ ਦਿਵਾਲੀ ਤੇ ਇਕੱਠ ਕਰਨ ਤੋਂ ਰੋਕਿਆ ਦਰਬਾਰ ਸਾਹਿਬ 'ਚ ਜਿਸ ਕਰਕੇ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਹੋਈ ਇਸ ਤੋਂ ਬਾਅਦ ਆਪਾਂ ਨੂੰ ਇਤਿਹਾਸਿਕ ਕਿਤਾਬਾਂ 'ਚ ਜ਼ਿਕਰ ਮਿਲਦਾ ਹੈ ਕਿ ਜਦੋਂ ਸਿੱਖਾਂ ਦੀ ਤਾਕਤ ਵਧੀ ਤੇ ਫਿਰ ਉਹ ਦਿਵਾਲੀ ਤੇ ਇਕੱਠ ਕਰਨ ਲੱਗੇ ਦਰਬਾਰ ਸਾਹਿਬ ਤੇ ਉਦੋਂ ਤੋਂ ਹੀ ਫਿਰ ਅੰਮ੍ਰਿਤਸਰ ਸਾਹਿਬ ਦੀ ਦਿਵਾਲੀ ਪ੍ਰਚਲਿਤ ਹੁੰਦੀ ਗਈ ਦਿਵਾਲੀ ਵਾਲੇ ਦਿਨਾਂ 'ਚ ਖਾਸ ਕਰਕੇ ਇੱਕ ਡਿਬੇਟ ਬੜੀ ਛਿੜ ਜਾਂਦੀ ਆ ਕਿ ਸਿੱਖਾਂ ਦਾ ਤਿਹਾਰ ਕਿਹੜਾ ਹੈ ਸਿੱਖ ਦੀਵਾਲੀ ਮਨਾਉਣ ਜਾਂ ਸਿੱਖ ਬੰਦੀ ਛੋੜਦੇਵਸ ਮਨਾਉਣ ਇਹ ਫੈਸਲਾ ਅਸੀਂ ਤੁਹਾਡੇ ਤੇ ਨਹੀਂ ਥੋਪ ਸਕਦੇ ਸਾਡਾ ਕੰਮ ਸੀ ਇਤਿਹਾਸ ਦੱਸਣਾ ਕੀ ਇਤਿਹਾਸ ਚ ਲਿਖਿਆ ਗਿਆ ਹੈ ਉਹ ਦੱਸਣਾ ਇਹ ਤੁਹਾਡਾ ਫੈਸਲਾ ਹੈ ਤੁਸੀਂ ਦੀਵਾਲੀ ਮਨਾਉਣਾ ਚਾਹੁੰਦੇ ਹੋ ਤੁਸੀਂ ਦੀਵਾਲੀ ਮਨਾਓ ਤੁਸੀਂ ਬੰਦੀ ਛੋੜਦੇਵਸ ਮਨਾਉਣਾ ਚਾਹੁੰਦੇ ਹੋ ਤੁਸੀਂ ਬੰਦੀ ਛੋੜਦੇਵਸ ਮਨਾਓ ਦੋਨੋਂ ਹੀ ਤਿਹਾਰ ਆਪਣੀ ਆਪਣੀ ਕਮਿਊਨਿਟੀ ਲਈ ਬੜੇ ਵੱਡੇ ਤਿਹਾਰ ਨੇ ਬੜੇ ਵੱਡੇ ਦਿਨ ਨੇ ਪਰ ਇੱਕ ਬੇਨਤੀ ਅਸੀਂ ਜ਼ਰੂਰ ਕਰਨਾ ਚਾਹੁੰਦੇ ਆ ਕਿ ਆਪਾਂ ਪੰਜਾਬ ਚ ਸਾਰੇ ਰਲ ਮਿਲ ਕੇ ਰਹੀਏ ਤੇ ਇੱਕ ਦੂਸਰੇ ਦੇ ਧਰਮ ਦੀ ਤੇ ਇੱਕ ਦੂਸਰੇ ਦੇ ਤਿਹਾਰਾਂ ਦੀ ਰੀਤੀ ਰਿਵਾਜਾਂ ਦੀ ਆਪਾਂ ਕਦਰ ਕਰੀਏ ਸਾਰੇ ਆਪਾਂ ਭੈਣ ਭਰਾ ਸਾਰੇ ਇੱਕ ਦੂਸਰੇ ਦੇ ਧਰਮਾਂ ਦਾ ਆਦਰ ਮਾਨ ਜ਼ਰੂਰ ਕਰੋ ਸਰਬਸਾਂਜੀ ਵਾਲਤਾ ਦਾ ਸੰਦੇਸ਼ ਹੀ ਸਾਨੂੰ ਗੁਰੂ ਸਾਹਿਬਾਨਾਂ ਨੇ ਦਿੱਤਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਵੀ ਆਪਾਂ ਨੂੰ ਇਹੀ ਸੰਦੇਸ਼ ਦਿੰਦੇ ਨੇ ਤਾਂ ਇਹ ਸੀ ਅੱਜ ਦਾ ਇਤਿਹਾਸ ਇਤਿਹਾਸ ਦੱਸਦੇ ਆ ਕੋਈ ਵੀ ਭੁੱਲਚੁੱਕ ਹੋ ਗਈ ਹੋਵੇ ਉਹਦੇ ਲਈ ਅਸੀਂ ਪਰਮਪਿਤਾ ਪਰਮਾਤਮਾ 10 ਗੁਰੂ ਸਾਹਿਬਾਨਾਂ ਤੇ ਪੂਰੇ ਪੰਥ ਤੋਂ ਖਿਮਾ ਦੇ ਜਾਚਕਾਂ ਸਿੱਖ ਇਤਿਹਾਸ ਨਾਲ ਜੁੜੀਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਪੰਜਾਬ ਸਿਆਣ ਦੇ ਫੇਸਬੁੱਕ ਪੇਜ ਤੇ ਪੰਜਾਬ ਸਿਆਣ ਦੇ YouTube ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਸਾਨੂੰ ਕਈ ਪੈਣਾ ਭਰਾਵਾਂ ਦੇ ਮੈਸੇਜ ਆਉਂਦੇ ਨੇ ਕਿ ਉਹ ਸਾਨੂੰ ਸਪੋਰਟ ਕਰਨਾ ਚਾਹੁੰਦੇ ਨੇ ਸਾਨੂੰ ਸਪੋਰਟ ਕਰਨ ਲਈ ਤੁਸੀਂ ਸਬਸਕ੍ਰਾਈਬ ਦੇ ਨਾਲ ਨਾਲ ਸਾਡੇ YouTube ਚੈਨਲ ਨੂੰ ਜੁਆਇਨ ਕਰ ਸਕਦੇ ਹੋ ਤੇ ਸਾਨੂੰ ਸੁਪਰ ਚੈਟ ਜਾਂ ਸੁਪਰ ਥੈਂਕਸ ਭੇਜ ਸਕਦੇ ਹੋ ਜੁਆਇਨ ਕਰਨ ਦਾ ਲਿੰਕ ਤੇ ਸੁਪਰ ਚੈਟ ਤੇ ਸੁਪਰ ਥੈਂਕਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲ ਜਾਏਗਾ ਜਿਹੜੇ ਪਿੰਡ ਸ਼ਹਿਰ ਚ ਬੈਠ ਕੇ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਸਾਨੂੰ ਇੱਕ ਕਮੈਂਟ ਕਰਕੇ ਜ਼ਰੂਰ ਦੱਸ ਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਵਾਲੀ ਤੇ ਬੰਦੀ ਛੋੜ ਦਿਵਸ ਕਿ ਸਿੱਖਾਂ ਨੂੰ ਕੀ ਮਨਾਉਣਾ ਚਾਹੀਦਾ ਦੀਵਾਲੀ ਮਨਾਉਣੀ ਚਾਹੀਦੀ ਹੈ ਕਿ ਬੰਦੀ ਛੋੜ ਦਿਵਸ ਮਨਾਉਣਾ ਚਾਹੀਦਾ ਫਤਿਹ ਦੀ ਗੂੰਜ ਪੈਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਦੋ ਸ਼ਬਦਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਹਾਂਜੀ ਸੋ ਵੀਰੋ ਗੱਲ ਬੜੇ ਧਿਆਨ ਨਾਲ ਸੁਣਿਓ ਜਰਾ ਗੁਰੂ ਅਰਜਨ ਦੇਵ ਸਾਹਿਬ ਜੀ ਤਿੱਤੀ ਤਵੀ ਤੇ ਬਾਤ ਆ ਸਫਰੇ ਸ਼ਹਾਦਤ ਸ਼ੁਰੂ ਹੋ ਗਈ ਕਰੋ ਆਪਣਾ ਆਪਣੇ ਨੂੰ ਮਾਰਦਾ ਅੱਜ ਵੀ ਵੀਰੋ ਆਪਾਂ ਦੇਖੀਏ ਅੱਜ ਵੀ ਹਰ ਘਾਰ ਦੇ ਵਿੱਚ ਲੜਾਈ ਇਹੋ ਹੀ ਹੈ ਆਪਣਾ ਆਪਣੇ ਨੂੰ ਮਾਰਦਾ ਹੈ ਹਾਂਜੀ ਬੀਬੀ ਦੀ ਬੇਅਸਰ ਲੜਾਈ ਬੱਚੇ ਦੀ ਬੇਅਸਰ ਲੜਾਈ ਪੈਸੇ ਦੀ ਬੇਅਸਰ ਲੜਾਈ ਫਿਤਨਾ ਫਸਾਦ ਹਰ ਪਾਸੇ ਦੇਖ ਮੁਕਾਬਲਾ ਹੀ ਮੁਕਾਬਲਾ ਗੁਰਦੁਆਰੇ ਦੇ ਵਿੱਚ ਮੁਕਾਬਲਾ ਘਰ ਦੇਖੋ ਮੁਕਾਬਲਾ ਬਾਹਰ ਦੇਖੋ ਮੁਕਾਬਲਾ ਆਪਣਿਆਂ ਦਾ ਆਪਣਿਆਂ ਦੇ ਨਾਲ ਮੁਕਾਬਲਾ ਸੋ ਜੰਗ ਮੁਕਾਬਲਾ ਜਿੱਤ ਜਾਣਾ ਜਾਂ ਹਾਰ ਜਾਣਾ ਇਹ ਕੋਈ ਕਾਮਯਾਬੀ ਨਹੀਂ ਗੁਰੂ ਸਾਹਿਬਾਨ ਨੇ ਦੱਸ ਦਿੱਤਾ ਫਿਰ ਕਾਮਯਾਬੀ ਕੀ ਹੈ ਬਿਲਕੁਲ ਅੱਛਾ ਹੈ ਮੈਂ ਇੱਕ ਹੋਰ ਚੀਜ਼ ਮੈਂ ਦੱਸਾਂ ਇੱਕ ਹੋਰ ਚੀਜ਼ ਆਪਾਂ ਇਹ ਦੇਖਣ ਦੇ ਸੀਗੇ ਗਿਆਨੀ ਸਾਹਿਬਾਨ ਕੋਲੋਂ ਮੇਰੀ ਇੱਕ ਰਿਕੁਐਸਟ ਹੈ ਗੱਲਾਂ ਅੱਗੇ ਪਿਛੇ ਹੋ ਸਕਦੀਆਂ ਪਰ ਮਕਸਦ ਕੀ ਹੈ ਗੱਲ ਇਹ ਹੈ ਕਿ ਮਕਸਦ ਕੀ ਹੈ ਸੋ ਮਕਸਦ ਸਿਰਫ ਇੱਕ ਹੈ ਮਕਸਦ ਇਹ ਹੈ ਕਿ ਬਈ ਆਜ਼ਾਦ ਦਾ ਉਹਨਾਂ ਨੇ 52 ਅਕਲਿਆਣਾ ਜੋੜਾ ਜਿਹੜਾ ਸੀਗਾ ਛੇਵੇਂ ਪਾਤਸ਼ਾਹ ਜੀ ਨੇ ਬਵਿੰਜਾ ਜਿਹੜੇ ਰਾਜੇ ਸੀ ਉਹਨਾਂ ਵਾਸਤੇ ਫਿਰ ਪੋਆਇਆ ਉਹਨਾਂ ਨੂੰ ਬਈ ਉਹਨਾਂ ਨੇ ਖੁਦ ਪਾਇਆ 52 ਰਾਜੇ ਸੀ ਉਹਨਾਂ ਨੇ ਕਹਾ ਸਾਡੇ ਮਗਰ ਫੜ ਕੇ ਸਾਡੇ ਮਗਰ ਹੀ ਆਇਓ ਉਹ ਵੀ ਜਾਦ ਹੋਵੇ ਸੋ ਗੱਲ ਨਿਕਲ ਕੇ ਸਾਹਮਣੇ ਹੁੰਦੀ ਹੈ ਕਿ 6ਵੇਂ ਪਾਤਸ਼ਾਹ ਗੁਰੂ ਸਾਹਿਬਾਨ ਜਿਨੇ ਦੁਨੀਆ ਨੂੰ ਦੱਸਤਾ ਆਜ਼ਾਦ ਹੋਣਾ ਮੈਂ ਕਿਉਂ ਆਜ਼ਾਦ ਹੋਵਾਂ ਆਜ਼ਾਦ ਹੋਣਗੇ ਤੇ ਸਾਰੇ ਹੀ ਹੋਣਗੇ ਬਿਲਕੁਲ ਆਏ ਹਾਏ 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 ਆਜ਼ਾਦ ਹੋਣਗੇ ਤੇ ਸਾਰੇ ਹੀ ਹੋਣਗੇ ਸੋ ਇਸ ਕਰਕੇ ਜਿਹੜੀ ਉਹਨਾਂ ਨੇ ਆਖਰ ਤੇ ਗੱਲ ਕੀਤੀ ਨਾ ਦੀਵਾਲੀ ਦੀ ਤੇ ਬੰਦੀ ਛੋੜ ਦਿਵਸ ਦੀ ਉਹ ਬਿਲਕੁਲ ਸਹੀ ਗੱਲ ਬਾਤ ਕੀਤੀ ਹੈ ਕਿ ਸਾਂਝੀ ਵਾਲਤਾ ਦਾ ਇਹਦੇ ਵਿੱਚ ਸਬਕ ਹੋਣਾ ਚਾਹੀਦਾ ਹੈ ਬਿਲਕੁਲ ਉਹਨਾਂ ਨੇ ਬਿਲਕੁਲ ਸਹੀ ਗੱਲ ਕੀਤੀ ਕਿ ਜਿਹੜਾ ਮਰਜੀ ਤਿਹਵਾਰ ਜਿਹੜਾ ਵੈ ਉਹ ਮਨਾਉਣ ਹਰ ਮਜ਼ਬ ਹਰ ਕੌਮ ਆਪਣਾ ਮਨਾਵੇ ਕਿਸੇ ਨੂੰ ਉਹਦੇ ਉੱਤੇ ਕਿ ਕੋਈ ਕਰਨ ਦਾ ਨਾ ਨਹੀਂ ਹੋ ਜਾਈਦਾ ਬਿਲਕੁਲ ਬਿਲਕੁਲ ਔਰ ਜਿਹੜੀ ਇਹ ਵਿੱਚ ਗੱਲ ਹੈ ਕਿ ਦੀਵਾਲੀ ਹੈ ਦੀਵੇ ਜਲਾਉਂਦੇ ਐ ਸਰ ਲੇਕਿਨ ਸਾਨੂੰ ਨਾ ਇਹੋ ਜੇ ਦੀਵੇ ਚਲਾਉਣੇ ਚਾਹੀਦੇ ਆ ਜਿਹੜੇ ਹਮੇਸ਼ਾ ਜ਼ਿੰਦਾ ਰਹਿਣ ਜਿਹੜੇ ਹਮੇਸ਼ਾ ਹੀ ਚੱਲਦੇ ਰਹਿਣ ਬਿਲਕੁਲ ਕਦੀ ਬੰਦ ਨਾ ਹੋ ਆਹ ਹਾਂ ਕੀ ਬਾਤ ਹੈ ਔਰ ਇਹੋ ਜਿਹੀ ਸਾਨੂੰ ਕੰਮ ਕਰਨੇ ਚਾਹੀਦੇ ਇਹੋ ਜਿਹੀ ਦੀਵੇ ਚਲਾਉਣੇ ਚਾਹੀਦੇ ਆ ਇਹ ਦੇ ਦੀਵੇ ਆ ਇੱਕ ਦਿਨ ਚਲਾ ਗਏ ਦੂਸਰੇ ਦਿਨ ਬੁੱਝ ਗਏ ਅਗਲੇ ਦਿਨ ਬੁੱਝ ਗਿਆ ਤੇਲ ਖਤਮ ਹੋ ਗਿਆ ਤੇ ਬੁੱਝ ਗਿਆ ਬੁੱਝ ਗਿਆ ਸੋਚ ਕਰਕੇ ਦੀਵਾ ਉਹ ਚਲਾਉਣਾ ਚਾਹੀਦਾ ਹੈ ਜਿਹੜਾ ਕਿ ਹਮੇਸ਼ਾ ਵਾਸਤੇ ਜਗਦਾ ਰਹੇ ਜਿਹੜਾ ਕਿ ਰੋਸ਼ਨੀ ਦੇਵੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਕੀ ਹੈ ਰੋਸ਼ਨੀ ਹੈ ਹਾਂਜੀ ਇਹ ਵੀਰੋ ਰੋਸ਼ਨੀ ਹੈ ਸੋ ਜੇ ਅਗਰ ਅਸੀਂ ਰੋਸ਼ਨੀ ਲੈਣੀ ਹੈ ਤੇ ਗੁਰੂ ਗ੍ਰੰਥ ਸਾਹਿਬ ਗੁਰੂ ਦੇ ਲੜ ਲਗੀਏ ਬਿਲਕੁਲ ਹਾਂਜੀ ਕਿਉਂਕਿ ਜਿਹੜਾ ਬੰਦਾ ਗੁਰੂ ਦੇ ਲੜ ਲਗਿਆ ਕਿਸੇ ਹੋਰ ਦੀ ਰੋਸ਼ਨੀ ਮਿਲੀ ਨਾ ਮਿਲੀ ਉਹਨੂੰ ਤਾਂ ਰੋਸ਼ਨੀ ਮਿਲ ਗਈ ਉਹ ਤਾਂ ਕਾਮਯਾਬ ਹੋ ਗਿਆ ਹਾਂਜੀ ਸੋ ਇਸ ਕਰਕੇ ਰੋਸ਼ਨੀ ਹੈ ਨਾ ਹਦਾਇਤ ਹਾਂਜੀ ਸੋ ਇਸ ਕਰਕੇ ਇਹ ਦੁਨੀਆ ਦੇ ਦੀਵੇ ਜਿਹੜੇ ਆ ਇਹ ਬਲਦੇ ਹੈ ਤੇ ਬੁੱਝ ਜਾਣਗੇ ਹਾਂਜੀ ਸੋ ਇਸ ਕਰਕੇ ਜਿਹੜਾ ਜਿਹੜਾ ਦੀਵਾ ਬਲਦਾ ਰਹੇ ਬਿਲਕੁਲ ਹੈ ਜਿਹੜਾ 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 ਕਮ ਇਨਸਾਨੀਅਤ ਵਾਸਤੇ ਹੋਵੇ ਜਿਹੜਾ ਕੰਮ ਹੋਵੇ ਸਰਬੱਤ ਦੇ ਭਲੇ ਵਾਸਤੇ ਪਹਿਲੇ ਗੁਰੂ ਸਾਹਿਬਾਨ ਤੋਂ ਲੈ ਕੇ ਦਸਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਉਹਨਾਂ ਨੇ ਜੋ ਕੁਝ ਕੀਤਾ ਉਹਨਾਂ ਨੇ ਆਪਣੇ ਵਾਸਤੇ ਨਹੀਂ ਕੀਤਾ ਸਰਬੱਤ ਦੇ ਭਲੇ ਵਾਸਤੇ ਕੀਤਾ ਸੋ ਇਸ ਕਰਕੇ ਮੈਂ ਮਾਫੀ ਚੋਣਾ ਸਿੱਖਾਂ ਕੋਲੋਂ ਚਾਹੇ ਗਿਆਨੀ ਸਾਹਿਬਾਨ ਹੈ ਚਾਹੀ ਜਿਹੜਾ ਮਰਜ਼ੀ ਆ ਗੁਰੂ ਨੂੰ ਇੱਕ ਪਾਸੇ ਕੈਦ ਕਰਕੇ ਨਾ ਰੱਖੋ ਬਿਲਕੁਲ ਵੀ ਗੁਰੂ ਦੀ ਮर्यादा ਨੂੰ ਇੱਕ ਪਾਸੇ ਕੈਦ ਕਰਕੇ ਰੱਖਿਆ ਮਾਫੀ ਚੋਣਾ ਪਹਿਲੇ ਹਾਂਜੀ ਸੋਚ ਕਰਕੇ ਗੁਰੂ ਦੀ ਹੱਦ ਹੀ ਕੋਈ ਨਹੀਂ ਸੋ ਹੱਦ ਕੋਈ ਨਹੀਂ ਵੀ ਮੈਂ ਕਹਿਣਾ ਚੋਣਾ ਵੈ ਗੁਰੂ ਸਾਹਿਬਾਨ ਨੇ ਅਗਰ ਹੱਥ ਧੋਤੇ ਕੀ ਉਹਨਾਂ ਦੇ ਹੱਥ ਗੰਦੇ ਸੀ ਹੱਥ ਗੰਦੇ ਨਹੀਂ ਸੀ ਹੱਥ ਗੰਦੇ ਸਾਡੇ ਸੀ ਬਿਲਕੁਲ ਹਾਂਜੀ ਹੱਥ ਗੰਦੇ ਸਾਡੇ ਆ ਸੋ ਉਹਨਾਂ ਨੇ ਹੱਥ ਧੋਤੇ ਆ ਕਿ ਅਸੀਂ ਵੀ ਸਾਫ਼ ਕਰ ਲਈਏ ਸويس ਕਰਕੇ ਗੁਰੂ ਸਾਹਿਬਾਨ ਸਰਬੱਤੇ ਪਲੇ ਵਾਸਤੇ ਆਏ ਆ ਤੇ ਗੁਰੂ ਸਾਹਿਬਾਨ ਦੀ ਸਿੱਖਿਆ ਇਹਨਾਂ ਦੀ ਉਸ ਚੀਜ਼ ਨੂੰ ਪੂਰੀ ਦੁਨੀਆ ਵਾਸਤੇ ਇਹਨਾਂ ਨੂੰ ਲਾਗੂ ਕਰਨਾ ਚਾਹੀਦਾ ਬਿਲਕੁਲ ਮਾਫੀ ਚੋਣਨਾ ਮੈਂ ਹਾਂਜੀ ਅੱਲਾਹੁ ਅਕਬਰ ਫਤਿਹ ਦੀ ਗੂੰਜ ਪੈਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ